ਹੁਣ ਗੱਲ ਕਰਦੇ ਹਾਂ ਪੰਜਾਬ ਰਿਪੋਰਟ ਦੀ, ਜਿਸ ਦੇ ਜ਼ਰੀਏ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਗਰਾਊਂਡ ਜ਼ੀਰੋ ਤੇ ਜਾ ਕੇ ਤੁਹਾਡੇ ਸਾਹਮਣੇ ਹਰ ਹਲਕੇ ਦੀ ਤਸਵੀਰ ਰੱਖ ਰਹੀ ਹੈ। ਪੰਜਾਬ ਰਿਪੋਰਟ ਦੇ ਵਿੱਚ ਅੱਜ ਗੱਲ ਕਰਾਂਗੇ ਦੁਆਬੇ ਦੇ ਜਲੰਧਰ ਸ਼ਹਿਰ ਦੇ ਵਿੱਚ ਪੈਂਦੇ ਉੱਤਰੀ ਵਿਧਾਨ ਸਭਾ ਹਲਕੇ ਦੀ। ਇਸ ਹਲਕੇ ਤੋਂ ਦੋ ਵਾਰ ਬੀਜੇਪੀ ਦੇ ਵਿਧਾਇਕ ਕੇ ਡੀ ਭੰਡਾਰੀ ਬਾਜ਼ੀ ਜਿੱਤ ਚੁੱਕੇ ਨੇ। ਉਹਨਾਂ ਦੇ ਆਪਣੇ ਹਲਕੇ ਦਾ ਕਿੰਨਾ ਵਿਕਾਸ ਕਰਵਾਇਆ, ਕੀ ਉੱਥੋਂ ਦੀਆਂ ਮੁਸ਼ਕਲਾਂ ਨੇ, ਇਸ ਦਾ ਜਾਇਜ਼ਾ ਲਿਆ ਸਾਡੇ ਪੱਤਰਕਾਰ ਰਾਜੀਵ ਵਧਵਾ ਨੇ। ਜਲੰਧਰ ਦਾ ਵਿਧਾਨ ਸਭਾ ਹਲਕਾ ਉੱਤਰੀ ਜ਼ਿਲ੍ਹਾ ਜਲੰਧਰ ਦਾ ਇੱਕ ਮਹੱਤਵਪੂਰਨ ਹਲਕਾ ਹੈ। ਜਲੰਧਰ ਦੁਆਬੇ ਦੀ ਧੂਰੀ ਹੈ। ਦੁਆਬੇ ਦੇ ਵਿੱਚ ਕਦੇ ਕਾਂਗਰਸ ਦਾ ਦਬਦਬਾ ਮੰਨਿਆ ਜਾਂਦਾ ਸੀ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਜਲੰਧਰ ਜ਼ਿਲ੍ਹੇ 'ਚੋਂ ਕਾਂਗਰਸ ਦਾ ਸਫਾਇਆ ਹੋ ਗਿਆ ਸੀ। ਜੇ ਗੱਲ ਵਿਧਾਨ ਸਭਾ ਹਲਕਾ ਉੱਤਰੀ ਦੀ ਕੀਤੀ ਜਾਏ ਤਾਂ ਇੱਥੋਂ ਬੀਜੇਪੀ ਦੇ ਕੇ ਡੀ ਭੰਡਾਰੀ ਵਿਧਾਇਕ ਨੇ, ਜਿਨ੍ਹਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਦਿੱਗਜ ਆਗੂ ਅਵਤਾਰ ਸਿੰਘ ਹੈਨਰੀ ਨੂੰ 1703 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕੇ ਡੀ ਭੰਡਾਰੀ ਨੇ ਅਵਤਾਰ ਹੈਨਰੀ ਨੂੰ 4930 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਹਲਕੇ ਦੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1,65,532 ਹੈ, ਜਿਨ੍ਹਾਂ ਵਿੱਚ ਮਰਦ ਵੋਟਰਾਂ ਦੀ ਸੰਖਿਆ 87,703 ਜਦਕਿ 77,829 ਮਹਿਲਾ ਵੋਟਰ ਨੇ। ਜੇ ਗੱਲ ਜਲੰਧਰ ਉੱਤਰੀ ਹਲਕੇ ਦੇ ਵਿਕਾਸ ਦੀ ਕੀਤੀ ਜਾਏ ਤਾਂ ਵਿਧਾਇਕ ਕੇ ਡੀ ਭੰਡਾਰੀ ਕੋਲ ਆਪਣੇ ਕੀਤੇ ਕੰਮਾਂ ਦੀ ਲੰਬੀ ਚੌੜੀ ਲਿਸਟ ਹੈ। ਉਹਨਾਂ ਦੇ ਮੁਤਾਬਕ ਹਲਕੇ ਵਿੱਚ ਸੀਵਰੇਜ ਪਵਾਉਣਾ, ਮਕਸੂਦਾਂ ਤੋਂ ਬਿਧੀਪੁਰ ਚੌਕ ਤੱਕ ਸੜਕ ਬਣਾਉਣਾ, ਗਲੀਆਂ ਨਾਲੀਆਂ ਬਣਾਉਣਾ, ਸਟਰੀਟ ਲਾਈਟਾਂ ਲਵਾਉਣਾ ਅਤੇ ਸ਼ਹਿਰ ਅੰਦਰ ਫਲਾਈਓਵਰ ਬਣਾਉਣਾ ਉਹਨਾਂ ਦੀਆਂ ਵੱਡੀਆਂ ਪ੍ਰਾਪਤੀਆਂ ਨੇ। ਉਧਰ ਕਾਂਗਰਸ ਵਿਧਾਇਕ ਦੇ ਦਾਅਵਿਆਂ ਨੂੰ ਨਕਾਰ ਰਹੀ ਹੈ। ਕਾਂਗਰਸ ਦਾ ਕਹਿਣਾ ਕਿ ਮੌਜੂਦਾ ਸਰਕਾਰ ਦੇ ਸਮੇਂ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ ਅਤੇ ਜੋ ਵੀ ਕੰਮ ਹੋਇਆ ਉਹ ਕਾਂਗਰਸ ਦੀ ਦੇਣ ਹੈ। ਸਭ ਤੋਂ ਪਹਿਲਾਂ ਮੇਰਾ ਜੋ ਟਾਰਗੇਟ ਥਾ ਕਿ ਆਪਣੇ ਨੌਰਥ ਇਲਾਕੇ ਮੇਂ ਮੈਂ ਸੀਵਰੇਜ ਕੀ ਵਿਵਸਥਾ ਕਰੂੰ, ਤੋ ਮੇਰੇ ਜੋ ਮਕਸੂਦਾ ਇਲਾਕਾ ਹੈ ਜੋ ਪੱਕਾ ਕਾਂਗਰਸ ਗੜ੍ਹ ਥਾ, ਮੈਨੇ ਵਹਾਂ ਪਰ ਸਭ ਤੋਂ ਪਹਿਲੇ 4,65,00,000 ਰੁਪਏ ਕਾ ਸੀਵਰੇਜ ਡਲਵਾਇਆ, ਔਰ ਉਸਕੇ ਬਾਅਦ ਵਹਾਂ ਪਰ 100% ਹਮਨੇ ਸੜਕੇ ਡਲਵਾਈ, ਔਰ ਉਸਕੇ ਬਾਅਦ ਜਿਤਨੇ ਵੀ ਮੇਰੇ ਇਲਾਕੇ ਥੇ ਇਧਰ ਕੇ ਸ਼ਹਿਰ ਕੇ ਇੰਟੀਰੀਅਰ ਕੇ ਇਲਾਕੇ ਥੇ ਵਹਾਂ ਪਰ ਟੋਟਲ ਮੈਨੇ ਜੋ ਡਿਵੈਲਪਮੈਂਟ ਕੇ ਕਾਮ ਥੇ ਵੋ ਪੂਰੇ ਕੀਆ, ਔਰ ਸਭ ਤੋਂ ਬੜਾ ਜੋ ਕਾਮ ਥਾ ਮੇਰੇ ਇਲਾਕੇ ਮੇਂ ਜੇ DAV ਕਾਲਜ ਕਾ ਜੋ ਓਵਰ ਬ੍ਰਿਜ ਹੈ ਇਸਕਾ ਹਮਨੇ ਕੰਪਲੀਸ਼ਨ ਕਰਾਇਆ, ਉਸਕੇ ਬਾਅਦ ਮਕਸੂਦਾ ਕਾ ਜੋ ਓਵਰ ਵੀ ਥਾ ਇਸਕਾ ਕੰਪਲੀਸ਼ਨ ਕਰਾਇਆ। ਆਊਟਰ ਜਿੰਨਾ ਵੀ ਹੈ ਉੱਥੇ ਜਿੰਨਾ ਸੀਵਰੇਜ ਪਿਆ, ਪਾਣੀ ਪਿਆ, ਜੋ ਸੜਕਾਂ ਸਟਰੀਟ ਲਾਈਟ ਆ ਉਹ ਡਾਕਟਰ ਮਨਮੋਹਨ ਸਿੰਘ UPA ਸਰਕਾਰ ਦੀ ਦੇਣ ਆ, ਇਹ ਸਰਕਾਰ ਦੀ ਕੋਈ ਦੇਣ ਨਹੀਂ ਹੈ। ਇਹ ਸਰਕਾਰ ਨੇ ਕੋਈ ਡਿਵੈਲਪਮੈਂਟ ਨਹੀਂ ਕਰਾਈ, ਸੜਕ ਇੱਕ ਦਿਨ ਬਣਦੀ ਆ ਦੂਜੇ ਦਿਨ ਉਹ ਟੁੱਟ ਜਾਂਦੀ। ਕੇ ਡੀ ਭੰਡਾਰੀ ਚੰਦਨ ਨਗਰ ਇਲਾਕੇ ਦੇ ਵਿੱਚ ਰੇਲਵੇ ਲਾਈਨ ਦੇ ਹੇਠ ਬਣਾਏ ਗਏ ਅੰਡਰਪਾਸ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਨੇ। ਉਹਨਾਂ ਦੇ ਮੁਤਾਬਕ ਟ੍ਰੇਨਾਂ ਦੀ ਵੱਡੀ ਗਿਣਤੀ ਦੇ ਵਿੱਚ ਆਵਾਜਾਈ ਦੇ ਕਰਕੇ ਲੋਕਾਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਸੀ, ਜਦਕਿ ਕਾਂਗਰਸ ਦਾ ਇਲਜ਼ਾਮ ਹੈ ਕਿ ਅੰਡਰਪਾਸ ਬਣਾਉਣ ਦੇ ਵਿੱਚ ਵੀ ਘਪਲਾ ਕੀਤਾ ਗਿਆ ਹੈ। ਯਹਾਂ ਸੇ ਲਗਭਗ ਡੇਲੀ 120 ਗਾੜੀ ਆਤੀ ਹੈ, 120 ਗਾੜੀ ਜਾਤੀ ਹੈ, ਔਰ 17 ਘੰਟੇ ਫਾਟਕ ਵੋ ਦਿਹਾੜੀ ਮੈਂ ਬੰਦ ਰਹਿਤਾ ਥਾ। ਮੈਨੇ ਲੋਕੋਂ ਸੇ ਵਾਅਦਾ ਕੀਆ ਥਾ ਕਿ ਮੈਂ ਇਸਕੋ ਪੂਰਾ ਕਰਾਊਂਗਾ, ਹਮਨੇ ਅਭੀ ਪਿਛਲੇ ਮਹੀਨੇ ਉਸਕਾ ਸ਼ੁਭਾਰੰਭ ਕੀਆ ਹੈ, ਔਰ ਵੋ ਲੋਕੋਂ ਕੋ ਉਸਕਾ ਬਹੁਤ ਜ਼ਿਆਦਾ ਫਾਇਦਾ ਹੋਇਆ। ਇਹਨਾਂ ਨੇ ਇੱਕ ਫਲਾਈਓਵਰ ਨਹੀਂ ਬਣਾਇਆ, ROV ਬਣਾ ਦਿੱਤਾ, ਅੰਡਰ ਬ੍ਰਿਜ ਜਿਹੜਾ ਬਣਾਇਆ। ਅੰਡਰ ਬ੍ਰਿਜ ਬਣਾਉਣ ਦੇ ਨਾਲ ਜੇ ਉਹ ਪੰਜੇ ਬਣਾ ਦਿੱਤੇ ਇੰਨੀ ਕੋਸਟ ਉਹ ਪੰਜਾਂ ਦੀ ਨਹੀਂ ਸੀ ਹੋਣੀ ਜਿੰਨੀ ਇਹਨਾਂ ਨੇ ਇੱਕ 'ਤੇ ਲਾ ਦਿੱਤੀ, ਐਂਡ ਉਹਦੇ ਨਾਲ ਜਿਹੜਾ ਇਹਨਾਂ ਨੇ ਲਿਖਾ ਕਿ ਸ਼ਿਵਨਗਰ ਦੇ ਵਿੱਚ ਸਿੱਟਿਆ, ਉੱਥੇ ਘਰਾਂ ਦੇ ਵਿੱਚ ਨਿਆਣੇ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਉਹ ਲਿਜਾ ਕੇ ਸ਼ਿਵਨਗਰ ਦੇ ਵਿੱਚ ਪਾਇਆ। ਸਾਡੀ ਟੀਮ ਨੇ ਹਲਕੇ ਦੇ ਵਿਕਾਸ ਦੀ ਅਸਲ ਤਸਵੀਰ ਜਾਣਨ ਦੇ ਲਈ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਲੋਕਾਂ ਦਾ ਕਹਿਣਾ ਸੀ ਕਿ ਸੀਵਰੇਜ ਇੱਕ ਵੱਡੀ ਸਮੱਸਿਆ ਹੈ, ਬਰਸਾਤ ਦੇ ਦਿਨਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ, ਲੋਕਾਂ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਕੁਝ ਲੋਕਾਂ ਨੇ ਪਠਾਨਕੋਟ ਰੋਡ ਤੇ ਬਣੇ ਪੁਲ ਤੇ ਹੁੰਦੇ ਹਾਦਸਿਆਂ ਵੱਲ ਧਿਆਨ ਦੇਣ ਦੀ ਮੰਗ ਕੀਤੀ, ਜਦਕਿ ਕੁਝ ਬਸ਼ਿੰਦਿਆਂ ਨੇ ਕਿਹਾ ਕਿ ਹਲਕੇ 'ਚ ਵਿਕਾਸ ਦਾ ਤਸੱਲੀ ਬਖਸ਼ ਕੰਮ ਹੋਇਆ। ਇੱਥੇ ਲੰਮੇ ਪਿੰਡ ਚੌਂਕ ਦੇ ਵਿੱਚ ਕਾਫੀ ਐਕਸੀਡੈਂਟ ਹੋ ਚੁੱਕੇ ਹੈ, ਐਕਸੀਡੈਂਟ ਹੋਏ ਕਾਫੀ ਮੌਤਾਂ ਵੀ ਹੋ ਚੁੱਕੀਆਂ। ਜਿਹੜੀ ਇਹ ਮੇਨ ਸਮੱਸਿਆ ਲੰਮੇ ਪਿੰਡ ਪੁਲ ਦੀ ਹੈ ਜੀ, ਇਹ 'ਤੇ ਵੀ ਖਾਸ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਜੀ। ਇੱਕ ਪਾਣੀ ਦੀ ਸਮੱਸਿਆ ਦਾ, ਇਹ ਤਾਂ ਸਾਰੇ ਸ਼ਹਿਰ ਵਿੱਚ ਹੀ ਕਾਫੀ ਸਮੱਸਿਆ ਜੀ, ਔਰ ਉਹਨਾਂ ਨੇ ਸਾਡੀਆਂ ਗਲੀਆਂ
ਅਤੇ ਸਾਡੇ ਸੀਵਰੇਜ ਦਾ ਪੂਰਾ ਕੰਮ ਅਤੇ ਸਟੀਟਲ ਲਾਈਟਾਂ ਦਾ ਕੰਮ ਕਰਵਾਇਆ। ਤਿੰਨ ਚਾਰ ਗਾੜੀਆਂ ਪਾਸ ਨਹੀਂ ਹੋਤੀਆਂ, ਬਹੁਤ ਮੁਸ਼ਕਿਲ ਹੋਤਾ ਥਾ ਮਰੀਜ਼ੋਂ ਕੇ ਲਈ ਜਾਣਾ, ਬਹੁਤ ਮੁਸ਼ਕਿਲ ਹੋਤਾ ਥਾ। ਅਬ ਜਬ ਯੇ ਅੰਦਰ ਵਿੱਚ ਬਣ ਗਿਆ ਹੈ ਤੋ ਯਾਦ ਇਟ ਇਜ਼ ਜਸਟ 2 ਮਿੰਟਸ ਰਨ, ਯਹਾਂ ਸੇ ਆਪ ਨਿਕਲੇ ਏਕ ਮਿੰਟ ਕੇ ਅੰਦਰ ਆਪ ਰੇਲਵੇ ਸੇ ਪਾਰ ਹੋ ਜਾਤੇ ਹੈਂ। ਜੋ ਹਮਾਰਾ ਇੰਡਸਟਰੀਅਲ ਏਰੀਆ ਹੈ ਔਰ ਇੰਡਸਟਰੀਅਲ ਫੋਕਲ ਪੁਆਇੰਟ ਹੈ, ਯੇ ਸਾਰਾ ਇਨ ਸੇ ਕਟਾ ਹੁਆ ਥਾ ਸ਼ਹਿਰ ਸੇ। ਵਿਕਾਸ ਦੇ ਮੁੱਦੇ ਤੇ ਬੀਜੇਪੀ ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਕਾਂਗਰਸ ਇਨ੍ਹਾਂ ਦਾਅਵਿਆਂ ਨੂੰ ਖੋਖਲਾ ਦੱਸ ਰਹੀ ਹੈ। ਹਲਕੇ ਦੇ ਲੋਕਾਂ ਦੀ ਮਿਲੀ ਜੁਲੀ ਰਾਏ ਦੇਖਣ ਨੂੰ ਮਿਲੀ ਹੈ। और यहाँ के लोगों का कहना है कि इस सरकार की सबसे बड़ी उपलब्धि यहाँ का ये अंडरपाथ ही है, क्योंकि यहाँ से रोजाना 120 के करीब गाड़ियाँ निकलती थी और 120 गाड़ी आने के कारण यहाँ फाटक हमेशा बंद रहता था, जिसके कारण लोगों को बहुत ज़्यादा परेशानी होती थी। और यहाँ अंडरपाथ बनने से लोगों को बहुत ज़्यादा सहूलियत हो गई है। जलंधर से राजीव बदवा, जी मीडिया। ਤਾਂ ਜਲੰਧਰ ਦਾ ਇਹ ਜਿਹੜਾ ਹਲਕਾ ਹੈ ਉੱਥੇ ਕੁਝ ਵਿਕਾਸ ਹੋਇਆ, ਜੇ ਅਸੀਂ ਸ਼ਹਿਰੀ ਪੱਖੋਂ ਦੇਖੀਏ ਤਾਂ ਗੌਰਵ ਤਾਂ ਉਹ ਸਹੂਲਤਾਂ ਨੇ ਆਮ ਲੋਕਾਂ ਨੂੰ ਮਿਲੀਆਂ ਨੇ, ਪਰ ਹਜੇ ਕੁਝ ਇਲਾਕੇ ਜ਼ਰੂਰ ਇਹੋ ਜਿਹੇ ਨੇ ਜਿੱਥੇ ਤੱਕ ਸ਼ਾਇਦ ਸਹੂਲਤਾਂ ਨਹੀਂ ਪਹੁੰਚ ਸਕੀਆਂ ਪੂਰੀ ਤਰ੍ਹਾਂ। ਜੀ ਬਿਲਕੁਲ, ਵਿਧਾਨ ਸਭਾ ਹਲਕੇ ਜਲੰਧਰ ਪੂਰਬੀ ਦਾ ਅਸੀਂ ਤੁਹਾਨੂੰ ਹਾਲ ਦਿਖਾਇਆ, ਇਸੇ ਤਰ੍ਹਾਂ ਤੁਹਾਡੇ ਹਲਕੇ ਤੱਕ ਵੀ ਪਹੁੰਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਕਰੇਗੀ ਅਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਅਦੇ ਜੋ ਹੋਏ ਸੀ ਉਹ ਕਿੰਨੇ ਕੁ ਵਫਾ ਹੋਏ ਨੇ।